ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਮਿਸਟਰ ਅਰਵਿੰਦਰ ਕਲਸੀ ਨਾਲ, ਜਿਹੜੇ ਕਿ ਆਮ ਤੌਰ ਦੇ ਉੱਤੇ ਸਾਡੇ ਨਾਲ ਇੱਥੇ ਆ ਕੇ ਬੜੀ ਇੰਪੋਰਟੈਂਟ ਇਸ਼ੂਜ਼ ਉੱਤੇ ਸਾਂਝ ਪਾਇਆ ਕਰਦੇ ਨੇ, ਅਤੇ ਅੱਜ ਵੀ ਜਿਹੜਾ ਮੁੱਦਾ ਅਸੀਂ ਲੈਣਾ ਹੈ ਉਹ ਕਾਫੀ ਅਹਿਮੀਅਤ ਵਾਲਾ ਹੋਏਗਾ ਕਿਉਂਕਿ ਕਾਫੀ ਦੇਰ ਬਾਅਦ ਇਹ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ। ਸਵਾਗਤ ਕਰਦੇ ਹਾਂ, ਅਤੇ ਅੱਜ ਥੋੜ੍ਹਾ ਜਿਹਾ ਵੱਖਰਾ ਤੁਸੀਂ ਇਹਨਾਂ ਨੂੰ ਦੇਖੋਗੇ, ਲੇਕਿਨ ਅਗੇਨ ਚੇਂਜ ਇਜ਼ ਆਲਵੇਜ਼ ਫੋਰ ਗੁੱਡ। ਸਵਾਗਤ ਕਰਦੇ ਹਾਂ ਅਰਵਿੰਦਰ ਸਿੰਘ ਕਲਸੀ ਜੀ ਦਾ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਹਰਪ੍ਰੀਤ ਜੀ, ਥੈਂਕ ਯੂ ਸੋ ਵੈਰੀ ਮੱਚ, ਔਰ ਤਮਾਮ ਵਿਊਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਦਾਬ। ਇਹ ਜਿਹੜਾ ਚੇਂਜ ਦੇਖ ਰਹੇ ਹੋ ਇਹ ਸਿਰਫ ਇਸ ਲਈ ਹੈ ਕਿ ਮੈਂ ਆਪਣਾ ਤਜਰਬਾ ਦੱਸ ਸਕਾਂ ਤੁਹਾਨੂੰ ਕਿ ਐਵੇਂ ਨਹੀਂ ਹੈ, ਇਹ ਵਾਲ ਜਿਹੜੇ ਹੈ ਧੁੱਪੇ ਬਹਿ ਕੇ ਚਿੱਟੇ ਨਹੀਂ ਕੀਤੇ, ਇਹਦੇ ਪਿੱਛੇ ਬੜੀ ਕਾਲਣਾ ਕੀਤੀ ਹੈ। ਜੀ ਬਿਲਕੁਲ ਜੀ, ਐਂਡ ਉਹ ਤੁਹਾਡੀਆਂ ਗੱਲਾਂ ਤੋਂ ਹੀ ਸਾਨੂੰ ਤੁਹਾਡਾ ਐਕਸਪੀਰੀਅੰਸ ਜਿਹੜਾ ਉਹ ਚਲਕ ਜਾਂਦਾ ਹੈ। ਥੈਂਕ ਯੂ ਜੀ, ਥੈਂਕ ਯੂ। ਇਕਾਨਮੀ ਦੀ ਗੱਲ ਕਰੀਏ ਜੀ, ਕਿਉਂਕਿ ਹਮੇਸ਼ਾ ਹੀ ਤੁਹਾਡੇ ਤੋਂ ਸਾਨੂੰ ਕਾਫੀ ਕਲੀਅਰ ਪਿਕਚਰ ਮਿਲ ਜਾਂਦੀ ਹੈਗੀ ਹੈ। ਹਾਲ ਹੀ ਵਿੱਚ ਸਾਡੀ ਗਵਰਨਮੈਂਟ ਨੇ ਡਿਕਲੇਅਰ ਕੀਤਾ ਸੀ ਕਿ ਸਰਪਲਸ ਬਾਰੇ ਗੱਲਬਾਤ ਹੋਈ ਸੀ, ਪਰ ਨਾਲ ਹੀ ਵਾਚ ਡੌਗ ਨੇ ਇਹ ਵੀ ਥੋੜ੍ਹੀ ਤਾੜਨਾ ਕੀਤੀ ਸੀ ਕਿ ਬੀ ਅਵੇਅਰ ਕਿ ਕਿਤੇ ਇਹ ਸਰਪਲਸ ਕਿਤੇ ਸਿਰਫ ਟੈਕਸ ਕੱਟਸ ਐਂਡ ਹੋਰ ਚੀਜ਼ਾਂ 'ਚ ਨਾ ਚਲੇ ਜਾਏ। ਦੂਸਰੇ ਪਾਸੇ ਹਾਊਸਿੰਗ ਦੇ ਬਾਰੇ ਵੀ ਵਾਰਨਿੰਗ ਦੁਬਾਰਾ ਤੋਂ ਸਾਨੂੰ ਮਿਲੀ ਹੈ ਕਿ ਦ ਪ੍ਰਾਈਜ਼ਿਸ ਆਰ ਨਾਟ ਸਸਟੇਨੇਬਲ। ਸੋ ਵੇਅਰ ਡੂ ਵੀ ਸਟੈਂਡ? ਲੈਟਸ ਸਟਾਰਟ ਫਰੋਮ ਕੈਨੇਡੀਅਨ ਮਾਰਕੀਟ, ਐਂਡ ਅੱਜ ਪੁੱਠਾ ਚੱਲਿਆ, ਅਸੀਂ ਜਨਰਲੀ ਇੰਟਰਨੈਸ਼ਨਲ ਮਾਰਕੀਟ ਤੋਂ ਕੈਨੇਡਾ ਆਉਂਦੇ ਹਾਂ, ਅੱਜ ਕੈਨੇਡਾ ਤੋਂ ਅਸੀਂ ਬਾਹਰ ਚੱਲਾਂਗੇ। ਬਿਊਟੀਫੁਲ। ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੀ ਹੁਣ ਰੀਸੈਂਟ ਨੰਬਰਸ ਆਏ ਨੇ, ਅੰਕੜੇ ਕਹਿੰਦੇ ਨੇ ਕਿ ਸਾਡੇ ਕੋਲ ਬਜਟ ਜਿਹੜਾ ਸਰਪਲਸ ਨੂੰ ਜਾ ਰਿਹਾ ਜੀ। ਸੋ ਸਰਪਲਸ ਮੰਨ ਲਓ ਜੇ ਕੱਲ੍ਹ ਸਾਡੇ ਕੋਲ ਡੈਫੀਸਿਟ $5 billion ਦਾ ਸੀ, ਅਸੀਂ ਅੱਜ ਕਹਿੰਦੇ ਜੀ $1 billion ਸਾਡੇ ਕੋਲ ਸਰਪਲਸ ਹੋ ਗਿਆ, ਅਤੇ ਹੁਣ ਕੀ ਹੋਇਆ ਕਿ ਜਿਹੜਾ ਡੈਫੀਸਿਟ ਯਾਨੀ ਸਰਪਲਸ ਸਾਡਾ ਡੈਫੀਸਿਟ ਸੀ ਉਹ $4 billion ਰਹਿ ਗਿਆ। ਠੀਕ। ਹੁਣ ਇੱਕ ਆਮ ਆਦਮੀ ਜਿਹਦੀ ਰੋਟੀ ਕੱਪੜਾ ਮਕਾਨ ਦੀ ਪ੍ਰੋਬਲਮ ਹੈ, ਉਹਨੂੰ ਇਸ ਨੰਬਰ ਨਾਲ ਕੋਈ ਫਰਕ ਪਿਆ? ਕੋਈ ਫਰਕ ਨਹੀਂ ਪਿਆ। ਠੀਕ ਹੈ, ਇਹ ਸਿਰਫ ਇੱਕੋ ਹੀ ਗੱਲ ਹੈਗੀ, ਮਸ਼ੀਨਰੀ ਨੂੰ ਚਲਾਉਣ ਵਾਲੀ ਗੱਲ ਹੈ, ਨੰਬਰਸ ਦੀ ਗੇਮ ਹੈ ਕਿ ਅਸੀਂ ਕਿਵੇਂ ਖੇਡਦੇ ਹਾਂ। ਹੁਣ ਉਹਦੇ ਵਿੱਚ ਐਡ ਹੋ ਜਾਂਦਾ ਜੀ 50,000 ਜੋਬਾਂ ਆ ਗਈਆਂ ਅਤੇ 30,000 ਲੂਜ਼ ਕਰ ਗਏ, ਫਿਰ ਅਗਲੇ ਮਹੀਨੇ 40 ਆ ਗਈਆਂ, ਫਿਰ 20 ਲੂਜ਼ ਕਰ ਗਏ। ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ, ਜੇ ਤੁਹਾਡੀ ਜੋਬ ਲੂਜ਼ ਹੋਈ ਸੀ ਤੁਹਾਨੂੰ ਜੋਬ ਨਹੀਂ ਮਿਲੀ, ਅਤੇ ਜੇ ਮੈਂ ਬੈਠਾ ਤਾਂ ਬੜਾ ਬੜੀ ਸੋਚ ਸਮਝ ਕੇ ਬੈਠਾ ਕਿ ਮੇਰੀ ਜੋਬ ਨਾ ਲੂਜ਼ ਹੋ ਜਾਏ। ਸੋ ਇਹ ਬੇਸਿਕਲੀ ਇਗਜ਼ੈਂਪਲ ਦੇਣ ਦਾ ਮਕਸਦ ਇਹ ਹੈ ਕਿ ਦੀਜ਼ ਆਰ ਨੰਬਰ ਗੇਮਸ। ਦੂਸਰੇ ਬੰਨੇ ਜੇ ਉਹ ਕਹਿਣ ਕਿ ਅੱਜ ਸਰਪਲਸ ਹੋ ਗਿਆ, ਜਾਂ ਤਾਂ ਤੁਹਾਡੇ ਘਰ $1,000 ਦਾ ਚੈੱਕ ਆ ਜਾਂਦਾ ਕਿ ਹਰਪ੍ਰੀਤ ਜੀ ਸਾਡੇ ਕੋਲ ਬਜਟ ਸਰਪਲਸ ਹੈ, ਆ ਲਓ ਪੈਸੇ ਫੜੋ ਅਤੇ ਬੱਚਿਆਂ ਦੇ ਉੱਤੇ ਖਰਚਾ ਕਰੋ ਜਾਂ ਆਪਣੀ ਲਾਈਫ ਸਟਾਈਲ 'ਤੇ ਖਰਚਾ ਕਰੋ, ਫਿਰ ਸਾਨੂੰ ਮਹਿਸੂਸ ਹੁੰਦਾ ਕਿ ਵਾਕਈ ਕੋਈ ਸਰਪਲਸ ਹੋਇਆ। ਠੀਕ। ਹੁਣ ਜੇ ਅਸੀਂ ਗ੍ਰਾਫਿਕਲੀ ਦੇਖੀਏ ਕੀ ਹੁੰਦਾ ਹੈ, ਇੱਕ ਬੰਨੇ 'ਤੇ ਅਸੀਂ ਇਨਫਲੇਸ਼ਨ ਨੂੰ ਦਿਖਾਉਂਦੇ ਹਾਂ ਕਿ ਠਾਹ ਨੂੰ ਗਈ ਹੈ ਜੀ, ਔਰ ਸਾਡਾ ਜਿਹੜਾ ਬਜਟ ਹੈ ਕੰਟਰੋਲ 'ਚ ਹੈ ਜੀ, ਪਰ ਦੂਸਰੇ ਬੰਨੇ ਜਦੋਂ ਤੁਸੀਂ ਇਨਕਮ ਚਾਰਟ ਨੂੰ ਦੇਖੋ ਉਹ 'ਤੇ ਮਾਸਾ ਵੀ ਨਹੀਂ ਫਰਕ ਪਿਆ ਉਹਦੇ 'ਚ। ਸੋ ਜੇ ਮੰਨ ਲਓ $1 billion ਜਾਂ $2 billion ਘਟਿਆ ਹੈ, ਔਰ ਮੇਰੀ ਜੇ ਕੱਲ੍ਹ ਵੀ $10 ਦੀ ਜੋਬ ਸੀ ਅਤੇ ਅੱਜ ਵੀ $10 ਹੈ, ਮੇਰੀ ਸਿਹਤ 'ਤੇ ਉਹਦਾ ਕੀ ਅਸਰ ਹੋਇਆ? ਮੈਨੂੰ ਕੁਛ ਨਹੀਂ ਹੋਇਆ। ਸੋ ਇਹ ਤਾਂ ਹੈਗਾ ਜਿਹਨੂੰ ਅਸੀਂ ਓਵਰਆਲ ਪਿਕਚਰ ਕਹੀਦਾ। ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ, ਕਿਉਂਕਿ ਆਮ ਆਦਮੀ ਦਾ ਇਹਦੇ ਨਾਲ ਕੋਈ ਕੰਸਰਨ ਨਹੀਂ ਹੈ, ਨਾ ਹੀ ਵਿਚਾਰੇ ਨੂੰ ਇੰਨੀ ਸਮਝ ਹੁੰਦੀ ਹੈ ਕਿ ਉਹ ਇਸ ਗੱਲ ਨੂੰ ਦੇਖ ਸਕੇ। ਅਸੀਂ ਗੱਲ ਕਰ ਰਹੇ ਹਾਂ ਬਰਡ ਆਈ ਵਿਊ ਦੀ, ਜਿਸ ਤਰ੍ਹਾਂ ਆਪਾਂ ਕਹੀਦਾ ਨਾ ਸੈਟੇਲਾਈਟ ਤੋਂ ਵਰਲਡ ਇਸ ਤਰ੍ਹਾਂ ਦਾ ਨਜ਼ਰ ਹੁੰਦਾ। ਬਿਲਕੁਲ। ਸੋ ਸਾਡੀ ਇੱਕ ਸੈਟੇਲਾਈਟ ਵਿਊ ਹੈ ਕਿ ਓਵਰਆਲ ਕੀ ਹੋ ਰਿਹਾ, ਕਿਸੇ ਨੂੰ ਇਹਦੀ ਪ੍ਰਾਪਤੀ ਹੋ ਰਹੀ ਕਿ ਨਹੀਂ ਹੋ ਰਹੀ। ਇਸੇ ਪੁਆਇੰਟ ਨੂੰ ਲੈ ਕੇ ਹੈ ਪਿੱਛੇ ਜੇ ਸਟੈਟਸ ਰਿਲੀਜ਼ ਹੋਏ ਨੇ US 'ਤੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੋਬ ਮਾਰਕੀਟ ਐਰਕੀ ਬਹੁਤ ਬੈਟਰ ਹੋ ਗਈ ਹੈ, ਕੋਈ ਸ਼ੱਕ ਨਹੀਂ। ਅੱਗੋਂ ਨਾਲ ਇਕਾਨਮੀ ਵੀ ਅੱਛੀ ਹੋ ਗਈ ਹੈ, ਉਹਨਾਂ ਦੇ ਕੁਛ $1 trillion ਡੈਟ ਵੀ ਘੱਟ ਗਿਆ। ਠੀਕ ਹੈ, ਪਰ ਜਿਸ ਵੇਲੇ ਉਹਨਾਂ ਨੇ ਗ੍ਰਾਫ ਦਿਖਾਇਆ ਕਿ ਜਿੰਨੀ ਸਾਡਾ ਉਹਨਾਂ ਦਾ ਫਾਇਦਾ ਹੋਇਆ, ਜਿਹੜੀ ਲੋਕਾਂ ਦੀ ਇਨਕਮ ਹੈ ਉਹਦੇ ਨਾਲ 2% ਘਟੀ ਹੈ। ਰਾਈਟ। ਸੋ ਆਮ ਆਦਮੀ ਦੀ ਜੇਬ 'ਚ ਕੁਛ ਨਹੀਂ ਆਇਆ। ਠੀਕ। ਸੋ ਉਹ ਅੱਜ ਵੀ ਉਂਝ ਤੜਫਦਾ ਪਿਆ ਜਿਵੇਂ ਕੱਲ੍ਹ ਤੜਫ ਰਿਹਾ ਸੀ ਜਾਂ ਪਰਸੋਂ ਤੜਫ ਰਿਹਾ ਸੀ। ਜੀ। ਹੁਣ ਆ ਜੀ ਇਹਦੇ ਨਾਲ ਹੀ ਕਨੈਕਟਡ, ਜਿਵੇਂ ਤੁਸੀਂ ਹਾਊਸਿੰਗ ਮਾਰਕੀਟ ਦਾ ਜ਼ਿਕਰ ਕੀਤਾ ਕਿ ਸਾਨੂੰ ਅਲਾਰਮ 'ਤੇ ਹੋ ਗਿਆ ਕਿ ਜੀ ਇਹ ਨਹੀਂ ਹੈਗਾ, ਉਹ ਨਹੀਂ ਹੈਗਾ, ਵਾਚ ਡੌਗ ਵੀ ਕਹਿ ਰਿਹਾ ਧਿਆਨ ਰੱਖੋ, ਪਰ ਕੀ ਗਵਰਨਮੈਂਟ ਨੇ ਕੋਈ ਇਹੋ ਜਿਹਾ ਉਪਰਾਲਾ ਕੀਤਾ ਜਿਹਦੇ ਨਾਲ ਉਹ ਰੋਕ ਸਕੇ ਇਹਨੂੰ? ਨੋ। ਦੇ ਟ੍ਰਾਈਡ, ਬਟ ਸਟਿਲ ਡਿਸਪਾਈਟ ਦੈਟ ਭਾਵੇਂ ਮੋਰਗੇਜਸ ਨੂੰ ਟਾਈਟਨ ਕੀਤਾ ਗਿਆ, ਲੇਕਿਨ ਉਸਦਾ ਕੋਈ ਨਜ਼ਰ ਨਹੀਂ ਆਇਆ ਰਿਜ਼ਲਟ। ਪਰ ਹਰਪ੍ਰੀਤ ਜੀ ਹੁਣ ਜਿਹੜਾ ਲੇਟੈਸਟ ਅੰਕੜੇ ਆਏ ਆ, ਇਸ ਵੇਲੇ 2.2 to 5 years ਦੀ ਮੋਰਗੇਜ ਅਵੇਲੇਬਲ ਹੋ ਗਈ। ਰਾਈਟ। ਹੁਣ ਤੁਸੀਂ ਮੈਨੂੰ ਇਹ ਦੱਸੋ, ਜੇ ਤਾਂ ਮੈਂ ਗਵਰਨਮੈਂਟ ਹੋਵਾਂ, ਮੈਂ ਕਹਾਂ ਜੀ 4% ਤੋਂ ਥੱਲੇ ਮੋਰਗੇਜ ਨਹੀਂ, ਤੁਸੀਂ ਆਪੇ ਬੈਕ ਆਫ ਕਰ ਜਾਓ। ਰਾਈਟ। ਤੁਸੀਂ ਕਹੋ ਵੀ ਮੇਰੀ ਕੋਸ਼ਿਸ਼ ਹੱਥ ਤੋਂ ਬਾਹਰ ਹੈ। ਬਿਲਕੁਲ। ਕੱਲ੍ਹ ਤੱਕ ਉਹ 2.5 ਸੀ, ਮੈਂ ਤੁਹਾਨੂੰ ਕਹਿੰਦਾ ਹਰਪ੍ਰੀਤ ਜੀ 2.5 ਤੁਹਾਡੇ ਕੋਲ ਅਫੋਰਡ ਨਹੀਂ ਹੁੰਦਾ, ਚਲੋ ਤੁਹਾਨੂੰ 2.2 'ਤੇ ਦੇ ਦਿੰਦੇ। ਰਾਈਟ। ਸੋ ਕਹਿਣ ਦਾ ਮਤਲਬ ਗਵਰਨਮੈਂਟ ਵੱਲੋਂ ਕੋਈ ਐਸਾ ਐਕਸ਼ਨ ਨਹੀਂ ਹੈ ਸੋਲਿਡ ਜਿਹਦੇ ਨਾਲ ਹਾਊਸਿੰਗ ਮਾਰਕੀਟ ਨੂੰ ਕੰਟੇਨ ਕਰਕੇ ਰੋਕਿਆ ਜਾਵੇ ਕਿ ਲੋਕ ਜਿਹੜੀ ਇਸ ਗੇਮ 'ਚ ਫਸਦੇ ਚਲੇ ਜਾ ਰਹੇ ਆ, ਫਸਦੇ ਚਲੇ ਜਾ ਰਹੇ ਆ। ਰਾਈਟ। ਇਜ਼ ਇਟ ਵਾਈਸ ਔਰ ਨਾਟ? ਠੀਕ। ਸੋ ਬੇਸਡ ਔਨ ਦੈਟ, ਈਵਨ ਐਜ ਆਫ ਟੂਡੇ, ਆਈ ਡੋਂਟ ਮੀਨ ਆਈ ਐਮ ਅਗੇਂਸਟ ਦੀ ਇੰਡਸਟਰੀ, ਨੋ, ਆਈ ਐਮ ਇਨ ਫੋਰ ਦੀ ਇੰਡਸਟਰੀ। ਰਾਈਟ। ਬਟ ਦ ਬਾਟਮ ਲਾਈਨ ਇਜ਼, can we afford to do? How long basically will this continue? That's Absolutely. What the question is. Ultimately, if it bursts, what will happen then? Dekho, burst hi hona ki hai ke jis tarah si man lo
ਮੇਰਾ ਮਕਾਨ ਸੀ ਜਦੋਂ ਮੈਂ ਖਰੀਦਿਆ ਸੀ 3 ਲੱਖ ਦਾ ਸੀ, ਹੌਲੀ ਹੌਲੀ ਕਰ ਦਿਓ ਅੱਜ 7 ਲੱਖ ਦਾ ਹੋ ਗਿਆ। ਮੈਂ ਬੜੀ ਮਿਹਨਤਾਂ ਕੀਤੀਆਂ, ਮਿੱਲਾਂ 'ਚ ਕੰਮ ਕੀਤਾ, ਬੇਰੀਆਂ ਤੋੜੀਆਂ, ਬੜਾ ਕੁਛ ਕੀਤਾ ਅਤੇ ਮੈਂ ਉਹਨੂੰ ਹੌਲੀ ਹੌਲੀ ਪੇ ਆਫ ਕਰ ਲਿਆ ਸੀ ਜੀ। ਪਰ ਹੁਣ ਜਿਹੜੀ ਮੈਨੂੰ ਇਹ 2.2% ਨਜ਼ਰ ਆ ਰਹੀ ਹੈ, ਮੈਂ ਉਸ ਘਰ 'ਚੋਂ $3 ਲੱਖ ਕੱਢ ਕੇ 2 ਪ੍ਰੋਪਰਟੀਆਂ ਹੋਰ ਦੇ 'ਤੇ ਇਨਵੈਸਟ ਕਰਤਾ, ਇਹ ਸੋਚਦੇ ਹੋਏ ਕਿ ਇਹ ਹੁਣ ਡਬਲ ਹੋ ਜਾਣਗੀਆਂ ਅਤੇ ਆਪਣੇ ਵਾਰੇ ਨਿਆਰੇ ਹੋ ਜਾਣਗੇ, ਮੇਰਾ ਬੁਢਾਪਾ ਚੰਗਾ ਲੰਘ ਜਾਏਗਾ। ਪਰ ਹੁਣ ਬੌਟਮ ਲਾਈਨ ਹੈ ਕਿ ਜੇ ਇਹ ਹੋ ਗਿਆ, ਪਰ ਇਹਦੇ ਅੰਦੇਸ਼ਾ ਕਿੰਨਾ, ਬਹੁਤ ਘੱਟ ਹੈ। ਕਿਉਂ ਕਹਿ ਰਹੇ ਹਾਂ ਬਾਰ ਬਾਰ, ਕਿਉਂਕਿ ਹੁਣ ਸਿਚੁਏਸ਼ਨ ਆਉਂਦੀ ਜਾ ਰਹੀ ਹੈ, ਆਈ ਡੋਂਟ ਨੋ, ਕੁਡ ਬੀ 15, ਕੁਡ ਬੀ 16, ਕਿ ਜਿਸ ਵੇਲੇ ਅਸੀਂ ਇੰਟਰਸਟ ਰੇਟ ਨੂੰ ਉੱਪਰ ਲੈ ਕੇ ਜਾਵਾਂਗੇ ਤਾਂ ਅਸੀਂ ਕੀ ਕਰਾਂਗੇ। ਲਾਸਟ ਵੀਕ ਦਾ ਐਪੀਸੋਡ ਸੁਣਾਵਾਂ, ਮੇਰੇ ਕੋਲ ਟੈਰੀ ਆਫਿਸ ਦੇ ਵਿੱਚ ਬੈਠਾ ਸਾ ਜੀ, ਇੱਕ ਜੈਂਟਲਮੈਨ ਆਏ ਅਤੇ ਮੈਨੂੰ ਕਹਿਣ ਲੱਗੇ ਕਲਸੀ ਸਾਹਿਬ ਮੈਂ ਮਕਾਨ ਲੈ ਲਿਆ। ਮੈਂ ਕਿਹਾ ਵੈਰੀ ਨਾਈਸ, ਕਹਿੰਦਾ ਬੁੱਕ ਕਰਤਾ। ਮੈਂ ਕਿਹਾ ਜੀ ਅੱਛਾ, ਕਿੰਨੇ ਦਾ ਕੀਤਾ? ਕਹਿੰਦਾ 1.3 million ਦਾ। ਮੈਂ ਕਿਹਾ ਅੱਛਾ, ਫਿਰ ਤਾਂ ਕਾਫੀ ਵੱਡਾ ਹੋਣਾ। ਕਹਿੰਦਾ 4,000 square feet ਹੈ। ਮੈਂ ਕਿਹਾ ਦੈਟਸ ਬਿਊਟੀਫੁਲ। ਸੋ ਮੈਂ ਕਿਹਾ ਤੁਸੀਂ ਤਾਂ ਪੇ ਆਫ ਕਰਤਾ ਹੋਣਾ, ਤੁਹਾਡੇ ਕੋਲ ਤਾਂ ਪੈਸੇ ਹੀ ਬਥੇਰਾ। ਕਹਿੰਦਾ ਨਹੀਂ ਜੀ, 20% ਡਾਊਨ ਦੇਣੀ, ਬਾਕੀ ਮੌਰਗੇਜ ਚੁੱਕ ਲੈਣੀ ਹੈ। ਠੀਕ, ਹੁਣ 20% ਮੈਂ ਕਿੰਨਾ ਦੇ ਦੂੰ? 2.5 lakh। ਰਾਈਟ, ਜੇ ਮੈਂ $1 million ਦੀ ਮੌਰਗੇਜ ਅੱਜ 2.2 'ਤੇ ਚੁੱਕ ਵੀ ਲਵਾਂ, ਔਰ ਕੱਲ੍ਹ ਨੂੰ ਜੇ 3, 3.5, 4 ਤੇ ਆ ਗਈ, ਬਿਲਕੁਲ, ਤਾਂ ਮੈਂ ਕਿੱਥੋਂ ਪੇ ਕਰਾਂਗਾ? ਸੋ ਬੌਟਮ ਲਾਈਨ ਸਿਰਫ ਇਹ ਹੈ ਕਿ ਹਮੇਸ਼ਾ ਦਿਲੋਂ ਨਾ ਗੱਲਾਂ ਕਰੀਏ, ਦਿਮਾਗੀ ਤੌਰ 'ਤੇ ਗੱਲਾਂ ਕਰੀਏ ਕਿ ਵੀ ਅਸੀਂ ਕੀ ਕਰ ਸਕਾਂਗੇ ਜਾਂ ਇਹ ਸਾਨੂੰ ਕਿੱਥੇ ਲੈ ਜਾਏਗਾ। ਠੀਕ, ਸੋ ਦੈਟ ਇਜ਼ ਦੀ ਮੋਸਟ ਇੰਪੋਰਟੈਂਟ ਪਾਰਟ। ਡਸਨਟ ਮੈਟਰ ਇਸ ਇਕਾਨਮੀ ਔਰ ਇਸ ਹਾਊਸਿੰਗ, ਯੂ ਹੈਵ ਟੂ ਬੀ ਅਲਰਟ, ਕਿਉਂਕਿ ਨੋਬਡੀ ਇਜ਼ ਪੁਟਿੰਗ ਅ ਗਨ ਟੂ ਯੋਰ ਹੈਡ ਐਬਸੋਲੂਟਲੀ ਟੂ ਗੋ ਫੋਰ ਦੈਟ। ਓਕੇ, ਦੈਟਸ ਗ੍ਰੇਟ ਇਨਫੋਰਮੇਸ਼ਨ ਵਾਟ ਯੂ ਆਰ ਗਿਵਿੰਗ। ਇੱਕ ਹੋਰ ਜਿਹੜਾ ਮੁੱਦਾ ਇਸ ਸਮੇਂ ਜਿਹੜਾ ਕਾਫੀ ਗਰਮਾਇਆ ਗਿਆ, ਦ ਵੇ ਕੈਨੇਡੀਅਨ ਡਾਲਰ ਇਜ਼ ਸਲਾਈਡਿੰਗ ਡਾਊਨ ਐਂਡ ਆਇਲ ਦੇ ਪ੍ਰਾਈਸਿਸ ਬਹੁਤ ਥੱਲੇ ਜਾ ਰਹੇ ਨੇ, ਇਹਦਾ ਕੀ ਇੰਪੈਕਟ ਕੈਨੇਡਾ 'ਤੇ, ਖਾਸ ਤੌਰ 'ਤੇ ਸਾਡੇ ਆਇਲ ਪ੍ਰੋਡਿਊਸਿੰਗ ਪ੍ਰੋਵਿੰਸਿਸ ਜਿਹੜੇ ਨੇ, ਕੀ ਪਵੇਗਾ ਜੀ? ਦੇਖੋ ਜੀ, ਹੁਣ ਆਇਲ ਦੀ ਰੇਟਸ ਚਲੇ ਗਏ ਥੱਲੇ। ਹੁਣ ਕੱਲ੍ਹ ਤੱਕ ਤਾਂ ਸਾਡੇ ਜਿਹੜੀ ਆਇਲਸ ਐਂਡ ਸੈਂਡਸ ਜਿਹਨੂੰ ਫੋਰਟ ਮੈਕਬਰੀ ਕਹੀਦਾ, ਇਟ ਵਾਜ਼ ਬੂਮਿੰਗ, ਇਟ ਵਾਜ਼ ਅ ਗੋਲਡ ਮਾਈਨ, ਗੋਲਡ ਮਾਈਨ। ਹੁਣ ਗੋਲਡ ਮਾਈਨ ਥਾਂ ਨੂੰ ਚਲੀ ਗਈ। ਹੁਣ ਇਹਦਾ ਕ੍ਰਾਈਸਿਸ ਸਿਰਫ ਆਪਾਂ ਇੱਥੇ ਨਾ ਗੱਲ ਕਰੀਏ, ਅਸੀਂ ਥੋੜ੍ਹਾ ਜਿਹਾ ਮਿਡਲ ਈਸਟ ਵੱਲ ਵੀ ਚਲੇ ਜਾਈਏ। ਮਿਡਲ ਈਸਟ 'ਚ ਜਦੋਂ ਦੀ ਆਈਸਿਸ ਆਈ ਹੈ ਜੀ, ਉਹ ਇਸ ਵੇਲੇ ਜਿਹੜਾ $3.2 million ਦਾ ਰੋਜ਼ ਦਾ ਤੇਲ ਸਮਗਲ ਕਰ ਰਹੀ ਹੈ, ਠੀਕ ਹੈ, ਔਰ ਉਹਨਾਂ ਦੀ ਆਇਲ ਫੀਡਸ ਉਹਨਾਂ ਦੇ ਹੱਥ 'ਚ ਹੈ। ਠੀਕ, ਓਬਵੀਅਸਲੀ ਇਹ ਸਾਰੀ ਸਕੇਅਰਸਿਟੀ ਜਿਹੜੀ ਬਣਨੀ ਬਾਅਦ 'ਚ ਐਂਡ ਆਫ ਦੀ ਡੇ, ਕਿਉਂਕਿ ਪ੍ਰੋਡਕਸ਼ਨ ਘੱਟ ਜਾਣੀ ਹੈ, ਉਹਦੇ ਮੁਤਾਬਿਕ ਚੱਲਣਾ। ਹੁਣ ਲੋਕ ਇਨਵੈਸਟ ਨਹੀਂ ਕਰਨਗੇ, ਲੋਕ ਟਰੈਵਲ ਨਹੀਂ ਕਰਨਗੇ, ਟਰੈਵਲ ਇੰਡਸਟਰੀ 'ਤੇ ਅਸਰ ਪਏਗਾ ਅਤੇ ਜ਼ਰੂਰੀ ਗੱਲ ਦੀ ਖਪਤ ਘੱਟ ਜਾਏਗੀ। ਜਿਉਂ ਜਿਉਂ ਖਪਤ ਘਟੇਗੀ, ਚੀਜ਼ਾਂ ਦੇ ਰੇਟ ਡਾਊਨ ਹੁੰਦੇ ਨੇ, ਪਰ ਉਸ ਬੇਸ ਦੇ ਉੱਤੇ ਜਦੋਂ ਅਸੀਂ ਇਕਨੋਮਿਕਲੀ ਨੂੰ ਦੇਖੀਏ, ਇਹਦਾ ਜਿਹੜਾ ਰਿਪਲ ਇਫੈਕਟ ਹੈ ਉਹ ਬੜੀ ਦੇਰ ਬਾਅਦ ਆਏਗਾ। ਜਿਹੜਾ ਹੁਣ ਅਸਰ ਸ਼ੁਰੂ ਹੋਇਆ, ਇਹਨੂੰ ਹੋ ਸਕਦਾ ਪਤਾ ਲੱਗਦੇ ਲੱਗਦੇ 6 ਮਹੀਨੇ ਲੱਗਣ, ਸਾਲ ਲੱਗਣ। ਜੇ ਤੇ ਹਾਲਾਤ ਇੰਪਰੂਵ ਹੋ ਗਏ ਜੀ, ਦੈਨ ਦੈਟ ਵਿਲ ਬੀ ਡਿਫਰੈਂਟ, ਪਰ ਜੇ ਹੋਰ ਥੋੜੇ ਜਿਹੇ ਮਾੜੇ ਹੋ ਗਏ ਤੇ ਹੋ ਸਕਦਾ ਜਿਹੜਾ ਅੱਜ $85-86 ਨੂੰ ਬੈਰਲ ਹੈ, ਉਹ ਕੱਲ ਨੂੰ 60 ਤੇ ਆ ਜਾਏ, 65 ਤੇ ਆ ਜਾਏ, ਕਿਉਂਕਿ ਪ੍ਰੋਡਕਸ਼ਨ ਘਟੇਗੀ, ਉਸ ਹਿਸਾਬ ਨਾਲ ਕੰਜ਼ਮਪਸ਼ਨ ਘਟੇਗੀ। ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਓਵਰਆਲ ਅਸੀਂ ਇਕਨੋਮੀ ਕਹੀਏ ਤੇ ਫਿਰ ਇਸ ਵੇਲੇ ਬੜੀ ਫਰੈਜਾਈਲ ਹੈ, ਯਾਨੀ ਫਿਰ ਬੜੀ ਨਾਜ਼ੁਕ ਜਿਹੇ ਹਾਲਾਤ 'ਚ ਹੈ। ਪਰ ਫਿਰ ਵੀ ਗਵਰਨਮੈਂਟਾਂ ਆਪਣੇ ਮੂੰਹ ਕਹਿਣਾ ਪਸੰਦ ਨਹੀਂ ਕਰਦੀਆਂ, ਕਿਉਂਕਿ ਖੁਦ ਹੀ ਤਾਂ ਪ੍ਰਮੋਟ ਕਰ ਰਹੇ ਹੁੰਦੇ ਨੇ ਕਿ ਜੀ ਇਕਨੋਮੀ ਬੜੀ ਬੈਟਰ ਹੈ, ਵਰਲਡ ਇਕਨੋਮੀ ਇਜ਼ ਗੁੱਡ, ਇਟ ਇਜ਼ ਗੁੱਡ, ਨੋ ਡਾਊਟ, ਜਦੋਂ ਅਸੀਂ ਸਾਰੇ ਅੰਕੜੇ ਇਕੱਠੇ ਕਰੀਏ। ਪਰ ਜਦੋਂ ਇਕੱਲੇ ਇਕੱਲੇ ਵੱਲ ਦੇਖੀਏ ਤਾਂ ਸਾਰਿਆਂ ਦੀਆਂ ਜੇਬਾਂ ਖਾਲੀ ਜੇ। ਐਬਸੋਲੂਟਲੀ, ਇਹਦੇ ਬਾਰੇ ਹੋਰ ਥੋੜ੍ਹਾ ਜਿਹਾ ਗੱਲਬਾਤ ਕਰਦੇ ਹਾਂ ਜੀ, ਕਿ ਜਿਸ ਤਰ੍ਹਾਂ ਤੁਸੀਂ ਆਇਲ ਪ੍ਰਾਈਸਿਸ ਦਾ ਜੋ ਜ਼ਿਕਰ ਕੀਤਾ, ਇਹਦਾ ਕੀ ਰੈਮੀਫਿਕੇਸ਼ਨਸ ਹੋ ਸਕਦੀਆਂ ਨੇ, ਬਟ ਅਲਟੀਮੇਟਲੀ ਜਿਸ ਤਰ੍ਹਾਂ ਤੁਸੀਂ ਆਈਸਿਸ ਦਾ ਵੀ ਜ਼ਿਕਰ ਕੀਤਾ, ਇਹਦਾ ਵੀ ਸਾਡੀ ਸਟਾਕ ਮਾਰਕੀਟਸ 'ਤੇ ਬੜਾ ਅਸਰ ਪਿਆ ਸੀ ਪਿਛਲੇ ਸਮੇਂ, ਅਸੀਂ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਨੋਜ਼ ਡਾਈਵ ਕੀਤਾ। ਇਹ ਕਿਸ ਤਰ੍ਹਾਂ ਇਹਦੇ ਨਾਲ ਰਿਲੇਟ ਕਮੋਡਿਟੀ ਅਤੇ ਸਟਾਕ ਮਾਰਕੀਟਸ 'ਤੇ ਸਾਰਾ ਕੀ ਚੱਕਰ ਹੁੰਦਾ ਜੀ, ਇਸ ਬ੍ਰੇਕ ਤੋਂ ਬਾਅਦ ਜਾਣਕਾਰੀ ਲੈਣੇ ਜੀ। ਜ਼ਰੂਰ, ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਅਰਵਿੰਦਰ ਕਲਸੀ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ, ਅਤੇ ਜੋ ਸਟੇਟ ਆਫ ਇਕਾਨਮੀ ਹੈ ਕੈਨੇਡਾ ਦੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਜੋ ਕੁਝ ਚੱਲ ਰਿਹਾ ਹੈ, ਅਤੇ ਇਸਦਾ ਅਸਰ ਆਮ ਵਿਅਕਤੀ 'ਤੇ ਕੀ ਪੈਂਦਾ, ਜਿਸ ਤਰ੍ਹਾਂ ਇਹ ਸਾਡੇ ਕੋਲ ਆ ਕੇ ਗੱਲਬਾਤ ਕਰਿਆ ਕਰਦੇ ਨੇ। ਆਓ ਹੋਰ ਇਨਫੋਰਮੇਸ਼ਨ ਲੈਂਦੇ, ਜਿਸ ਤਰ੍ਹਾਂ ਮੈਂ ਇਹਨਾਂ ਨੂੰ ਬ੍ਰੇਕ ਤੋਂ ਪਹਿਲਾਂ ਪੁੱਛਿਆ ਸੀ ਕਿ ਸਟਾਕ ਮਾਰਕੀਟਸ ਵਿੱਚ ਵੀ ਬਹੁਤ ਸਾਰੇ ਸਾਡੇ ਲੋਕ ਇੰਟਰਸਟ ਰੱਖਦੇ ਨੇ, ਇਹ ਆਇਲ ਪ੍ਰਾਈਸਿਸ ਕਮੋਡਿਟੀਜ਼ ਦੇ ਥੱਲੇ ਜਾਣ ਦੇ ਨਾਲ ਕੀ ਇੰਪੈਕਟ ਹੋਏਗਾ ਅਤੇ ਕਿਹੜੀ ਚੀਜ਼ ਤੋਂ ਅਸੀਂ ਸੁਚੇਤ ਰਹਿਣਾ? ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਕਲਸੀ ਸਾਹਿਬ ਦਾ। ਜੀ ਕਲਸੀ ਸਾਹਿਬ। ਹਾਂਜੀ ਪ੍ਰੀਤੀ ਜੀ, ਅਸੀਂ ਹੁਣ ਗੱਲ ਕਰ ਰਹੇ ਸੀ, ਦੇਖੋ ਸਟਾਕ ਮਾਰਕੀਟ ਜਾਂ ਸ਼ੇਅਰਸ ਦੇ ਵਿੱਚ ਡੀਲ ਕਰਨਾ ਇਟਸ ਇੰਟਾਇਰਲੀ ਅ ਡਿਫਰੈਂਟ ਬਾਲ ਗੇਮ, ਉਹ ਆਮ ਬੰਦੇ ਦੀ ਖੇਡ ਨਹੀਂ ਹੈ ਜੀ। ਪਰ ਇਹਨਾਂ ਦੇ ਵਿੱਚ ਪਲੇਅਰ ਕੌਣ ਨੇ, ਖਿਲਾੜੀ ਕੌਣ ਨੇ,
ਪੈਸੇ ਵਾਲੇ, ਸਰਮਾਏ ਵਾਲਾ। ਅੱਜ ਮੈਂ ਉਸ ਕੰਮ ਦੇ ਵਿੱਚ ਪੈਸਾ ਲਾਉਣ ਨੂੰ ਤਿਆਰ ਹਾਂ ਜਿਸ 'ਚ ਮੈਨੂੰ ਰਿਟਰਨ ਉਹਦੀ ਅੱਛੀ ਮਿਲੇਗੀ। ਮੈਂ ਡੁੱਬਦੇ ਕੰਮ 'ਚ ਕੋਈ ਪੈਸਾ ਲਾ ਕੇ ਰਾਜੀ ਨਹੀਂ। ਸੋ ਇਸੇ ਤਰ੍ਹਾਂ ਹੁਣ ਅੱਜ ਦੀ ਡੇਟ ਜਿਹੜਾ ਪਿੱਛੇ ਜੇ ਨੋਜ਼ ਡਾਈਵ ਸ਼ੇਅਰਸ ਗਏ ਸੀਗੇ, ਅਚਾਨਕ ਇਨਵੈਸਟਰ ਨੇ ਪੈਸਾ ਕੱਢ ਲਿਆ। ਕਿਉਂਕਿ ਕਿਸੇ ਵੇਲੇ ਵੀ ਜਦੋਂ ਅਨਸਟੇਬਿਲਿਟੀ ਆਉਂਦੀ ਹੈ, ਭਾਵੇਂ ਇਕਨੋਮਿਕਲੀ ਆਵੇ, ਭਾਵੇਂ ਗਵਰਨਮੈਂਟ ਪੁਆਇੰਟ ਆਫ ਵਿਊ ਨਾਲ ਆ ਜਾਏ ਜਾਂ ਲੜਾਈਆਂ ਝਗੜਿਆਂ ਕਰਕੇ ਆ ਜਾਏ, ਜਦੋਂ ਬੰਦੇ ਨੂੰ ਲੱਗੇਗਾ ਕਿ ਪੈਸਾ ਮੇਰੇ ਘਰ ਚੰਗਾ ਹੈ ਬਜਾਏ ਸੀ ਕਿ ਮਾਰਕੀਟ 'ਚ ਰੱਖਣਾ, ਉਹ ਪੈਸੇ ਨੂੰ ਖਿੱਚ ਲਏਗਾ। ਠੀਕ। ਔਰ ਜਿਸ ਵੇਲੇ ਮਾਰਕੀਟ 'ਚੋਂ ਪੈਸੇ ਖਿੱਚੇ ਜਾਂਦੇ ਨੇ, ਓਬਵੀਅਸਲੀ ਡਿਫਰੈਂਟ ਡਿਫਰੈਂਟ ਟ੍ਰੇਡਸ ਨੇ ਜਿਸ 'ਚ, ਜਿਵੇਂ ਤੁਸੀਂ ਕਮੋਡਿਟੀਜ਼ ਦੀ ਗੱਲ ਕੀਤੀ ਹੈ, ਗੋਲਡ ਦੀ ਗੱਲ ਕੀਤੀ ਹੈ ਜਿਹਨੂੰ ਅਸੀਂ ਬਿਲੀਅਨ ਸਟਾਕ ਕਹਿੰਦੇ ਹਾਂ। ਰਾਈਟ। ਹੁਣ ਗੋਲਡ ਕਿੱਥੇ ਸੀ ਅਤੇ ਗੋਲਡ ਕਿੱਥੇ ਆ ਗਿਆ? ਠੀਕ ਹੈ। ਹੁਣ ਅੱਜ ਵੀ ਮੇਰੇ ਵਰਗਾ ਬੰਦਾ ਜਿਹੜਾ ਕੰਢੇ 'ਤੇ ਬੈਠਾ ਹੈ, ਉਹ ਕਹਿੰਦਾ ਯਾਰ ਅੱਜ ਜੇ ਮੈਂ ਹੁਣ ਵੀ ਸੋਨਾ ਲੈ ਲਾਂ ਅਤੇ ਕੱਲ੍ਹ ਨੂੰ ਫਿਰ 200 'ਤੇ ਚਲਾ ਜਾਏ ਜਾਂ 185 'ਤੇ, ਮੇਰੇ 'ਤੇ ਵਾਰੇ ਨਹੀਂ ਆ ਰਹੇ ਹੈ। ਰਾਈਟ। ਪਰ ਨੋਬਡੀ ਨੋਜ਼, ਕਿਉਂਕਿ ਕਿਸੇ ਕੋਲ ਉਹ ਮਿਰਕਲ ਬਾਲ ਨਹੀਂ ਹੈਗਾ, ਕ੍ਰਿਸਟਲ ਬਾਲ ਨਹੀਂ ਹੈਗਾ ਕਿ ਜਿਹਤੋਂ ਵੇਖ ਕੇ ਉਹ ਦੱਸ ਸਕੇ। ਬਿਲਕੁਲ। ਸੋ ਜਿਹੜੀਆਂ ਇਹ ਅਨਸਰਟਨਟੀਜ਼ ਨੇ ਓਵਰਆਲ ਕਿਸ ਚੀਜ਼ ਨੂੰ ਰਿਫਲੈਕਟ ਕਰਦੀਆਂ ਜੇ ਅਸੀਂ ਗੌਰ ਕਰੀਏ? ਕਿਉਂਕਿ ਜਦੋਂ ਮਾਰਕੀਟ ਸਟੇਬਲ ਹੁੰਦੀ ਹੈ ਨਾ, ਸਟੇਬਲ ਮਾਰਕੀਟ ਦਾ ਮਤਲਬ ਹੁੰਦਾ ਕਿ ਇੱਕ ਸਟੈਡੀ ਗਰੋਥ ਹੈ, ਯਾਨੀ ਪੈਸੇ ਨੂੰ ਪੈਸਾ ਕਮਾ ਰਿਹਾ ਔਰ ਐਵਰੀਬਡੀ ਇਜ਼ ਹੈਪੀ। ਰਾਈਟ। ਪਰ ਜਦੋਂ ਵੋਲਟਾਈਲ ਹੋਵੇ ਮਾਰਕੀਟ, ਉੱਪਰ ਜਾ ਰਹੀ ਹੈ ਥੱਲੇ ਜਾ ਰਹੀ ਹੈ, ਇਸ ਦਾ ਮਤਲਬ ਉਹ 'ਚ ਸਟੈਬਿਲਿਟੀ ਹੈ ਨਹੀਂ। ਰਾਈਟ। ਸੋ ਕੱਲ੍ਹ ਨੂੰ ਜੇ ਕੋਈ ਬੰਦਾ ਉਹ 'ਚ ਇਨਵੈਸਟ ਕਰਦਾ ਅਤੇ ਕੱਲ੍ਹ ਨੂੰ ਜੇ ਉਹ ਡੁੱਬ ਗਿਆ, ਪੈਸਾ ਥੱਲੇ ਚਲਾ ਗਿਆ, ਜਿੰਨਾ ਇੱਥੇ ਕਪੈਸਿਟੀ ਹੈ, ਅਗੇਨ ਕੀਪ ਇਨ ਮਾਈਂਡ ਆਲਵੇਜ਼ ਕਿ ਸਟਾਕਸ ਦੇ ਵਿੱਚ ਵਰਚੁਅਲ ਮਨੀ ਨਹੀਂ ਹੁੰਦਾ। ਬਿਲਕੁਲ। ਇਹ ਤਾਂ ਮੈਂ ਅੱਜ $1,00,000 ਇਨਵੈਸਟ ਕੀਤਾ, ਰੇਟ ਉੱਪਰ ਚਲਾ ਗਿਆ, 3 ਲੱਖ ਦਾ ਹੋ ਗਿਆ। ਜੇ ਤਾਂ ਮੈਂ 3 ਲੱਖ ਉਸ ਵੇਲੇ ਵੇਚ ਕੇ ਕੈਸ਼ ਕਰ ਲਾਂ ਤਾਂ 2 ਲੱਖ ਦਾ ਪ੍ਰੋਫਿਟ ਹੈ। ਬਿਲਕੁਲ। ਅਤੇ ਜੇ ਕੱਲ੍ਹ ਨੂੰ 98 ਲੱਖ ਨੂੰ ਆਵੇ ਤਾਂ ਮੈਨੂੰ ਗਿਆ ਕੁਛ ਨਹੀਂ। ਬਿਲਕੁਲ। ਪਰ ਮਾਨਸਿਕ ਤੌਰ 'ਤੇ, ਦਿਮਾਗੀ ਤੌਰ 'ਤੇ ਮੈਨੂੰ 2 ਲੱਖ ਦਾ ਝਟਕਾ ਲੱਗਦਾ ਹੈ ਕਿ ਮੈਂ ਲੂਜ਼ ਕਰ ਗਿਆ। ਸੋ ਇਸੇ ਤਰ੍ਹਾਂ ਸਟਾਕ ਮਾਰਕੀਟ ਨੂੰ ਪਲੇਅ ਕਰਨਾ, ਪਹਿਲੀ ਗੱਲ ਤਾਂ ਇੱਕ ਬੜਾ ਹਾਜ਼ਰ ਜਵਾਬ ਦਿਮਾਗ ਚਾਹੀਦਾ ਔਰ ਇੱਕ ਬੜਾ ਮਜ਼ਬੂਤ ਦਿਲ ਚਾਹੀਦਾ, ਔਰ ਔਨ ਟੋਪ ਆਫ ਦੈਟ ਤੁਹਾਡੇ ਕੋਲ ਰਿਸਕ ਲੈਣ ਦੀ ਗੁੰਜਾਇਸ਼ ਹੋਣੀ ਚਾਹੀਦੀ ਹੈ ਕਿ ਮੈਂ ਕਿੰਨਾ ਰਿਸਕ ਲਵਾਂ, ਕਿੰਨਾ ਮੈਂ ਨਾ ਲਵਾਂ। ਪਰ ਇੱਕ ਆਮ ਆਦਮੀ ਲਈ ਮੈਂ ਸਮਝਣਾ ਹੈ ਕਿ ਬੇਸ਼ੱਕ ਅਸੀਂ ਤਾਸ਼ ਦਾ ਜੂਆ ਖੇਡ ਲਈਏ ਜਾਂ ਇਹ ਖੇਡ ਲਈਏ, ਉਸ ਬੰਦੇ ਦੀ ਇਹ ਗੇਮ ਨਹੀਂ ਹੈਗੀ ਜਿਹਦੇ ਕੋਲ ਲਿਮਿਟਿਡ ਪੈਸਾ ਹੈ, ਯਾਨੀ ਜਿਹਨੇ ਆਪਣੀ ਗ੍ਰਸਤੀ ਪਾਲਣੀ ਹੈ, ਪਰ ਜਿਹਦੇ ਕੋਲ ਸਰਪਲਸ ਪੈਸਾ ਹੈ, ਜਿਹਨੇ ਪੈਸੇ ਨੂੰ ਮਲਟੀਪਲਾਈ ਕਰਨਾ, ਹੀ ਕੈਨ ਪਲੇ ਵਿਦ ਐਨੀ, ਹੀ ਕੈਨ ਪਲੇ ਐਨੀ ਟਾਈਮ। ਔਰ ਉਹਦੇ ਵਿੱਚ ਜੇ ਰੱਬ ਨਾ ਕਰੇ, ਮੰਨ ਲਓ ਮੇਰਾ $20,000 ਅੱਜ ਨੁਕਸਾਨ ਹੋ ਗਿਆ, ਸਟਾਕ ਥੱਲੇ ਚਲੇ ਗਏ, ਮੇਰਾ $20,000 ਉੱਡ ਗਿਆ, ਜੇ ਤੇ ਮੇਰਾ ਹਰਪ੍ਰੀਤ ਜੀ ਲਾਈਫ ਸਟਾਈਲ ਤੇ ਕੋਈ ਅਸਰ ਨਹੀਂ ਪਿਆ ਨਾ, ਇਟਸ ਫਾਈਨ, ਇਟਸ ਓਕੇ, ਇਟ ਵਾਸ ਗੇਮ, ਆਈ ਪਲੇਡ ਅ ਗੇਮ। ਪਰ ਹਾਲੇ ਮੈਂ ਕਿਹੜੇ ਸਟਾਕ ਵੇਚਦੇ ਆ, ਉਹ ਤਾਂ ਮੇਰੇ ਕੋਲ ਪਏ ਆ, $20,000 ਦਾ ਲਾਸ ਹੋਇਆ, ਹੋ ਸਕਦਾ ਅਗਲੇ ਹਫਤੇ 10-15 ਦਿਨ ਦੇ ਵਿੱਚ ਫਿਰ ਉਹ ਬਾਊਂਸ ਬੈਕ ਕਰ ਜਾਣ ਅਤੇ ਮੈਂ ਉਹਨਾਂ ਨੂੰ ਇਕੁਲਾਈਜ਼ ਕਰ ਲਾਂ। ਸੋ ਓਵਰਆਲ ਜਦੋਂ ਇਹ ਫੈਕਟਰਸ ਨੂੰ ਅਸੀਂ ਰਿਵਿਊ ਕਰਨੇ ਆ, ਕਿਉਂਕਿ ਬੇਸਿਕਲੀ ਇਹ ਪ੍ਰੋਗਰਾਮ ਹੁੰਦੇ ਆ ਆਮ ਆਦਮੀ ਲਈ, ਆਮ ਆਦਮੀ ਲਈ ਕਈ ਵਾਰੀ ਦੇਰ ਆਰ ਟੂ ਮੈਨੀ ਥਿੰਗਸ ਕਿ ਅੰਕੜੇ ਤੇ ਮੈਂ ਹੋਰ 50 ਦੱਸ ਸਕਦਾ, ਗ੍ਰਾਫ ਦੱਸ ਸਕਦਾ ਕੱਲ ਕੀ ਸੀ ਅੱਜ ਕੀ ਸੀ, ਪਰ ਉਹ ਦੱਸਣ ਦਾ ਸਾਨੂੰ ਬੇਸਿਕਲੀ ਕੋਈ ਫਾਇਦਾ ਨਹੀਂ, ਕਿਉਂਕਿ ਉਹਦੇ ਨਾਲ ਹੋਰ ਕਨਫਿਊਜ਼ਨ ਵੱਧਦੀ ਹੈ ਬਜਾਏ ਇਸਦੇ ਕਿ ਅਸੀਂ ਆਪਣੇ ਮੁੱਦੇ ਨੂੰ, ਆਪਣੇ ਪੁਆਇੰਟ ਨੂੰ, ਆਪਣੇ ਲਾਈਫ ਸਟਾਈਲ ਨੂੰ ਸਾਹਮਣੇ ਰੱਖਦੇ ਹੋਏ ਉਹਦਾ ਜਵਾਬ ਮੰਗੀਏ, ਉਹ ਜਵਾਬ ਦੇਈਏ। ਐਂਡ ਫਾਈਨਲੀ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਮ ਆਦਮੀ ਨੂੰ ਹੀ ਫੋਕਸ ਕਰਕੇ ਤੁਸੀਂ ਹਮੇਸ਼ਾ ਗੱਲਬਾਤ ਕਰਦੇ ਹੋ, ਜਿੱਥੇ ਕੈਨੇਡਾ ਦੀ ਅਸੀਂ ਗੱਲ ਕੀਤੀ ਹੈ, ਵਾਟ ਆਰ ਯੂ ਫੋਰਸਿੰਗ ਇਨ ਦ ਫਿਊਚਰ? ਬਿਕੋਜ਼ ਆਈਸਿਸ ਦਾ ਜਿਸ ਤਰੀਕੇ ਨਾਲ ਕਬਜ਼ਾ ਵੱਧਦਾ ਜਾ ਰਿਹਾ, ਅਤੇ ਈਵਨ ਹੁਣ ਤਾਂ ਸਾਡੇ ਆਪਣੇ ਮੁਲਕ 'ਚ ਵੀ ਦਸਤਕ ਪੈ ਗਈ, ਪਿਛਲੇ ਮਹੀਨੇ ਪਾਰਲੀਮੈਂਟ 'ਤੇ ਵੀ ਅਟੈਕ ਹੋਇਆ, ਬਿਲਕੁਲ, ਹੋਰ ਇੱਕ ਫੌਜੀਆਂ ਨੂੰ ਵੀ, ਮਤਲਬ ਯੂ ਨੋ ਵਾਟ ਹੈਪਨ। ਸੋ ਇਹ ਸਾਰੀਆਂ ਚੀਜ਼ਾਂ ਨੂੰ ਟੈਰਰ ਥਰੈਟ ਵੀ ਵਧਾ ਦਿੱਤਾ ਗਿਆ ਹੈ, ਸੋ ਇਹਨਾਂ ਦਾ ਮਾਰਕੀਟ 'ਤੇ ਕੀ ਅਸਰ ਪਏਗਾ, ਅਤੇ ਫਾਈਨਲੀ ਤੁਹਾਡੀ ਕੀ ਐਡਵਾਈਸ ਹੋਏਗੀ ਇੱਕ ਆਮ ਵਿਅਕਤੀ ਨੂੰ? ਦੇਖੋ, ਆਮ ਆਦਮੀ ਲਈ ਕਿ ਮੈਂ ਇੱਥੇ ਓਵਰਆਲ ਕੈਜ ਏ ਆਲ ਕੈਨੇਡੀਅਨਸ, ਵੀ ਆਰ ਆਲ ਕੁਆਲੀਫਾਈਡ ਪੀਪਲ, ਅਸੀਂ ਲੋਕ ਬੜੇ ਜੱਦੋਜਹਿਦ ਕਰਨ ਵਾਲੇ ਲੋਕ ਹਾਂ, ਹਿੰਮਤ ਕਰਕੇ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਹਾਂ, ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਨਾ, ਇਹ ਇਮੀਡੀਏਟ ਫਿਊਚਰ ਨੂੰ ਕੋਈ ਬੜਾ ਅੱਛਾ ਨਹੀਂ ਦਿਖਾਉਂਦੀਆਂ ਕਿ ਜਿਹਨੂੰ ਅਸੀਂ ਕਹੀਏ ਬੜਾ ਸੁਖਾਵਾਂ ਹੋਏਗਾ। ਇਟ ਕੁਡ ਬੀ ਬਿਊਟੀਫੁਲ, ਇਫ ਇਟ ਇਜ਼ ਸੋ ਬਿਊਟੀਫੁਲ ਵੀਲ ਆਲ ਇੰਜੋਏ, ਪਰ ਜੇ ਰੱਬ ਨਾ ਕਰੇ ਬਿਊਟੀਫੁਲ ਨਾ ਹੋਇਆ, ਇਹੋ ਜਿਹੀ ਜਿਹੜੀ ਸਿਚੁਏਸ਼ਨ ਚੱਲਦੀ ਹੈ ਉਹਦੇ ਕਰਕੇ ਮਾਰਕੀਟਸ ਟਾਈਟ ਹੋ ਗਈਆਂ, ਸਾਡੀਆਂ ਜੋਬਾਂ ਘੱਟ ਗਈਆਂ, ਸਾਡੇ ਬਿਜ਼ਨਸ ਘੱਟ ਗਏ, ਅਤੇ ਫਿਰ ਅਸੀਂ ਕੀ ਕਰਾਂਗੇ? ਉਸ ਵੇਲੇ ਉਹੀ ਪੁਰਾਣਾ ਫਾਰਮੂਲਾ ਕੰਮ ਹੁੰਦਾ ਹੈ ਕਿ ਜੇ ਅਸੀਂ ਘਰ ਕੁਛ ਬਚਾਇਆ ਆਪਣੇ ਰੇਨੀ ਡੇਜ਼ ਲਈ ਤਾਂ ਉਹ ਸਾਡੇ ਕੰਮ ਆ ਜਾਏਗਾ, ਜੇ ਅਸੀਂ ਨਹੀਂ ਬਚਾਇਆ ਹੋਏਗਾ ਅਸੀਂ ਮੂੰਹ ਭਰ ਡਿੱਗਾਂਗੇ, ਜਿਹਦੇ ਨਾਲ ਸਾਡੇ ਫੈਮਿਲੀ ਡਿਸਟਰਕਟ ਹੋਏਗੀ, ਅਸੀਂ ਡਿਸਟਰਕਟ ਹੋਵਾਂਗੇ, ਔਰ ਫਿਰ ਜਿਹਨੂੰ ਆਪਾਂ ਸਟ੍ਰੈਸ ਕਹਿ ਲਓ ਜਾਂ ਕੁਛ ਕਹਿ ਲਓ, ਦੋਜ਼ ਆਲ ਥਿੰਗਸ ਕਮ ਟੂਗੈਦਰ, ਬਟ ਵੀ ਵੁੱਡ ਸਿੰਪਲੀ ਸੁਜੈਸਟ ਯੂ ਜਸਟ ਵਾਚ ਯੂਰਸੈਲਫ, ਤੁਸੀਂ ਸਾਰੇ ਬਹੁਤ ਸਿਆਣੇ ਹੋ, ਸੋ ਟੇਕ ਕੇਅਰ ਆਫ ਯੂਰਸੈਲਫ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਆਪਣੀ ਐਕਸਪਰਟ ਐਡਵਾਈਸ ਜਿਹੜੀ ਤੁਸੀਂ ਸਾਨੂੰ ਆ ਕੇ ਦਿੰਦੇ ਹੋ, ਕਿਉਂਕਿ ਪ੍ਰੋਗਰਾਮਸ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਜਿਹਦੇ 'ਚ ਕਿ ਪੀਪਲ ਥੈਂਕ ਯੂ, ਐਂਡ ਔਨ ਬਿਹਾਫ ਆਫ ਮਾਈ ਵਿਊਅਰਸ ਆਈ ਵੁੱਡ ਲਾਈਕ ਟੂ ਥੈਂਕ ਯੂ ਫੋਰ ਦਿਸ ਇਨ ਡੈਪਥ ਪਰਸਪੈਕਟਿਵ ਵਿਚ ਇਜ਼ ਨੋਟ ਬਾਇਸ ਐਂਡ ਇਟ ਇਜ਼ ਐਜ਼ ਇਟ ਇਜ਼ ਯੂ ਪ੍ਰੈਜੈਂਟ। ਥੈਂਕ ਯੂ ਵੈਰੀ ਮੱਚ ਫੋਰ ਦਿਸ। ਥੈਂਕ ਯੂ ਫੋਰ ਹੈਵਿੰਗ ਮੀ।